ਉਹ ਚਰਚਾ 'ਚ ਰਹਿਣਾ ਗੱਲ ਆਮ ਮਿੱਠੀ ਏ, ਯੱਟ ਦੀ ਕਲਿੱਪ ਵੀ ਨਹੀਂ ਯੂਜ਼ ਬਣਦੀ। ਹਾਂਜੀ ਕਿਵੇਂ ਹੋ, ਕੀ ਹਾਲ ਚਾਲ? ਇੱਥੇ ਯੱਟ ਦੀ ਕਲਿੱਪ ਨਹੀਂ, ਯੱਟ ਦੀ ਪੋਸਟ, ਆਈ ਮੀਨ ਕਰਨ ਔਜਲੇ ਦੀ ਪੋਸਟ ਵੀ ਨਿਊਜ਼ ਬਣ ਰਹੀ ਆ। ਯੋ ਵਰਡਸ ਪੋਜਿਸ ਕਿਵੇਂ ਹੋ, ਕੀ ਹਾਲ ਚਾਲ? ਸਵਾਦ ਲੈ ਰਹੇ ਹੋ? ਠੀਕ ਠਾਕ। ਕਰਨ ਔਜਲੇ ਬਾਈ ਨੇ ਰੀਸੈਂਟਲੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਆ ਜੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ ਵੀ ਮੁੰਡਾ ਬਹੁਤ ਸੋਹਣਾ ਲੱਗ ਰਿਹਾ, ਲੂਈ ਵਿਟੋਨ ਹੈ ਨਾ, ਉੱਪਰ ਤੋਂ ਲੈ ਕੇ ਹੈਡ ਟੂ ਟੋ ਲੂਈ ਵਿਟੋਨ ਪਾ ਰੱਖਿਆ, ਜੋ ਕਿ ਬਹੁਤ ਹੀ ਘੈਂਟ ਲੱਗ ਰਿਹਾ ਬਾਈ ਦੇ ਪਾਇਆ, ਹੈ ਨਾ। ਮੈਨੂੰ ਲੱਗਦਾ ਜਿੰਨੀ ਕੁ ਲੂਈ ਵਿਟੋਨ ਦੀ ਮਸ਼ਹੂਰੀ ਕਰਨ ਵਾਲੇ ਬਾਈ ਨੇ ਕਰਤੀ ਆ, ਜਿੰਨਾ ਕੁ ਪ੍ਰਮੋਟ ਬਾਈ ਲੂਈ ਵਿਟੋਨ ਨੂੰ ਕਰ ਰਿਹਾ, ਆਈ ਥਿੰਕ ਲੂਈ ਵਿਟੋਨ ਵਾਲਿਆਂ ਨੂੰ ਬਾਈ ਨੂੰ ਬ੍ਰਾਂਡ ਅੰਬੈਸਡਰ ਬਣਾ ਦੇਣਾ ਚਾਹੀਦਾ ਗਾਣਿਆਂ ਦੇ ਵਿੱਚ ਲੂਈ ਵਿਟੋਨ ਦਾ ਨਾਮ, ਕੱਪੜੇ ਵੀ ਆਲਵੇਸ ਨਾ ਲੂਈ ਵਿਟੋਨ ਹੀ ਬਾਈ ਦਾ ਜ਼ਿਆਦਾ ਪਾਇਆ ਹੁੰਦਾ। ਬਾਈ ਨੂੰ ਲੱਗਦਾ ਪਿਆਰ ਹੋ ਗਿਆ ਲੂਈ ਵਿਟੋਨ ਦੇ ਨਾਲ, ਸੋ ਮੈਨੂੰ ਲੱਗਦਾ ਯਾਰ ਲੂਈ ਵਿਟੋਨ ਵਾਲਿਆਂ ਨੂੰ ਦੇਸੀ ਜੇ ਕੋਈ ਚਾਹੀਦਾ ਬੰਦਾ ਤਾਂ ਅੰਬੈਸਡਰ ਆਇਲ ਬਾਈ ਨੂੰ ਬਣਾ ਦੇਣਾ ਚਾਹੀਦਾ। ਬਾਈ ਦਾ ਹੁਣ ਮਤਲਬ ਕਾਫੀ ਇੰਪੈਕਟ ਹੈਗਾ, ਸੋ ਲੂਈ ਵਿਟੋਨ ਵਾਲਿਆਂ ਨੂੰ ਚਾਹੀਦਾ ਯਾਰ, ਹੈ ਨਾ। ਬਾਕੀ ਜੇ ਗੱਲ ਕੀਤੀ ਜਾਵੇ ਈਪੀ ਦੇ ਹਿੰਟ ਦੀ, ਜੋ ਕਿ ਇਸ ਪੋਸਟ ਦੀ ਕੈਪਸ਼ਨ ਦੇ ਵਿੱਚ ਕਰਨ ਵਾਲੇ ਬਾਈ ਵੱਲੋਂ ਦਿੱਤੀ ਗਈ ਹੈ, ਜਿਹਦੇ ਵਿੱਚ ਬਾਈ ਲਿਖ ਰਿਹਾ ਦਿਸ ਟਾਈਮ ਇਟਸ ਫੋਰ ਮੀ। ਹੁਣ ਕਾਫੀ ਲੋਕ ਇਹ ਕੈਪਸ਼ਨ ਪੜ੍ਹ ਕੇ ਸੋਚਦੇ ਹੋਣਗੇ ਕਿ ਸ਼ਾਇਦ ਲਾਸਟ ਈਪੀ ਦਾ ਨਾਮ ਸੀਗਾ ਫੋਰ ਯੂ, ਇਸ ਵਾਰ ਈਪੀ ਦਾ ਨਾਮ ਹੋ ਸਕਦਾ ਫੋਰ ਮੀ। ਬਟ ਆਈ ਥਿੰਕ ਕਰਨ ਵਾਲਾ ਬਾਈ ਇਸ ਕੈਪਸ਼ਨ ਦੇ ਵਿੱਚ ਇਹ ਕਹਿਣਾ ਚਾਹ ਰਿਹਾ ਕਿ ਦਿਸ ਟਾਈਮ ਇਟਸ ਫੋਰ ਮੀ, ਕਿ ਜਿਹੜੀ ਇਹ ਈਪੀ ਆਊਗੀ ਮੇਰੇ ਲਈ ਆਊਗੀ, ਲਾਸਟ ਈਪੀ ਫੋਰ ਯੂ ਸੀਗੀ। ਸੋ ਮਤਲਬ ਕੁਛ ਵੀ ਸਮਝ ਲਓ, 50% ਚਾਂਸ ਹੈਗੇ ਆ, ਕਿਉਂਕਿ ਲਾਸਟ ਟਾਈਮ ਲਾਈਵ ਜੀ ਤੁਹਾਨੂੰ ਯਾਦ ਆ ਕਰਨ ਵਾਲਾ ਬਾਈ ਨੇ ਇੱਕ ਲਾਈਵ ਦੇ ਵਿੱਚ ਟੀਜ਼ ਕੀਤੀ ਸੀ ਇਹੀ ਗੱਲ ਕਹਿ ਕੇ ਕਿ ਲਾਸਟ ਈਪੀ ਸੀਗੀ ਫੋਰ ਯੂ, ਦਿਸ ਟਾਈਮ ਫੋਰ ਮੀ। ਸੋ 50% ਚਾਂਸ ਹੈਗੇ ਆ ਕਿ ਫੋਰ ਮੀ ਨਾਮ ਵੀ ਹੋ ਸਕਦਾ, ਬਟ ਇਹ ਵੀ ਹੋ ਸਕਦਾ ਕਿ ਕਰਨ ਵਾਲਾ ਬਾਈ ਕਹਿਣਾ ਚਾਹ ਰਿਹਾ ਹੋਵੇ ਕਿ ਲਾਸਟ ਈਪੀ ਫੋਰ ਯੂ ਸੀਗੀ, ਤੁਹਾਡੇ ਲਈ ਸੀਗੀ, ਇਹ ਵੀ ਮੇਰੇ ਲਈ ਆ, ਮਤਲਬ ਮੈਂ ਆਪਦੇ ਲਈ ਲਿਖੇ ਗਾਣੇ ਆਪਦੇ ਲਈ ਬਣਾਈ। ਸੋ ਇੱਦਾਂ ਵੀ ਕੁਛ ਹੋ ਸਕਦਾ। ਬਾਕੀ ਤੁਹਾਨੂੰ ਕੀ ਲੱਗਦਾ, ਤੁਹਾਡਾ ਕੀ ਖਿਆਲ ਆ ਕਿ ਫੋਰ ਮੀ ਨਾਮ ਰੱਖਿਆ ਜਾਵੇ ਈਪੀ ਦਾ ਜਾਂ ਨਾ ਰੱਖਿਆ ਜਾਵੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਕੀ ਲੱਗਦਾ ਨਾ, ਫੋਰ ਮੀ ਨਾਮ ਕਹਿਣ ਲੱਗੂ ਜਾਂ ਕੁਛ ਹੋਰ ਹੀ ਨਵਾਂ ਨਾਮ ਰੱਖਿਆ ਜਾਵੇ ਈਪੀ ਦਾ? ਮੈਨੂੰ ਨਹੀਂ ਲੱਗਦਾ ਫੋਰ ਮੀ ਨਾਮ ਹੋ ਸਕਦਾ, 50% ਚਾਂਸ ਹੈਗੇ, ਕਿਉਂਕਿ ਬਾਈ ਵਰਗਿਆਂ ਦਾ ਪਤਾ ਨਹੀਂ, ਆਪਾਂ ਜਿੰਨੇ ਵੀ ਵਾਰੀ ਈਪੀ ਦਾ ਨਾਮ ਗੈਸ ਕੀਤੇ ਨਾ, ਜਿਸ ਨਾਮ ਦਾ ਜ਼ਿਆਦਾ ਰੌਲਾ ਪੈ ਜਾਂਦਾ ਉਹ ਨਾਮ ਕਦੇ ਵੀ ਨਹੀਂ ਹੁੰਦਾ ਕਿਸੇ ਵੀ ਈਪੀ ਦਾ। ਜਿੱਦਾਂ ਬਾਈ ਦੀ ਪਹਿਲੀ ਐਲਬਮ ਆਉਣੀ ਸੀ, ਸਾਰੀ ਜਨਤਾ ਨੇ ਰੌਲਾ ਚੱਕਤਾ ਸੀ ਕਿ ਐਲਬਮ ਦਾ ਨਾਮ ਹੋਊਗਾ ਡਾਇਮੰਡ ਇਨ ਦਾ ਡਰਟ, ਬਟ ਐਲਬਮ ਦਾ ਨਾਮ ਕੀ ਸੀਗਾ? ਬੈਕ ਦਾ ਫੱਕ ਅਪ, BTFU। ਸੋ ਉਸ ਤੋਂ ਬਾਅਦ ਜਦੋਂ ਫੋਰ ਯੂ ਈਪੀ ਆਉਣੀ ਸੀ, ਉਦੋਂ ਵੀ ਆਈ ਥਿੰਕ ਇੱਕ ਨਾਮ ਦਾ ਸ਼ੋਰ ਜਿਹਾ ਮੱਚਿਆ ਸੀ, ਉਦੋਂ ਵੀ ਮੈਨੂੰ ਲੱਗਦਾ ਜਨਤਾ ਇਹੀ ਕਹਿ ਰਹੀ ਸੀਗੀ ਨਾ ਡਾਇਮੰਡ ਇਨ ਦਾ ਡਰਟ ਹੋਊ ਜਾਂ ਕੁਛ ਹੋਰ ਕਹਿ ਰਹੀ ਸੀਗੀ। ਫਿਰ ਉਸ ਟਾਈਮ ਈਪੀ ਦਾ ਨਾਮ ਸੀਗਾ ਫੋਰ ਮੀ ਤਾਂ ਹੋਣਾ, ਹੁਣ ਭੁੱਲ ਗਿਆ। ਸੋ ਉਸ ਟਾਈਮ ਈਪੀ ਦਾ ਨਾਮ ਸੀਗਾ ਫੋਰ ਯੂ, ਐਂਡ ਹੁਣ ਬਾਈ ਨੇ ਥੋੜ੍ਹਾ ਜਿਹਾ ਟੀਜ਼ ਕੀਤਾ ਹੈ ਪੋਸਟ ਪਾ ਕੇ, ਹੁਣ ਇੱਥੋਂ ਜਨਤਾ ਨੂੰ ਕਾਹਲੀ ਮੱਚੀ ਜਾਣੀ, ਹੁਣ ਜਨਤਾ ਨੇ ਕਹਿਣਾ ਛੇਤੀ ਤੋਂ ਪਹਿਲਾਂ ਈਪੀ ਦੀ ਕੋਈ ਅਪਡੇਟ ਲਿਆਓ, ਛੇਤੀ ਤੋਂ ਪਹਿਲਾਂ ਈਪੀ ਛੱਡੋ। ਬਾਕੀ ਹੁਣ ਵੇਟ ਕਰਦੇ ਹਾਂ ਅਫੀਸ਼ੀਅਲ ਅਪਡੇਟ ਦੀ, ਅਫੀਸ਼ੀਅਲ ਅਪਡੇਟ 'ਚ ਕਨਫਰਮ ਹੋਊਗਾ ਜਿਹੜੀ ਬਾਈ ਦੀ ਟੀਮ ਦੇ ਸਕਦੀ ਹੈ, ਕਰਨ ਵਾਲਾ ਗਲੋਬਲ ਜਾਂ ਬਾਈ ਖੁਦ ਦੇ ਸਕਦਾ। ਅਫੀਸ਼ੀਅਲ ਅਪਡੇਟ ਤੋਂ ਆਪਣੇ ਕਨਫਰਮ ਹੋ ਜੂਗਾ ਕਿ ਈਪੀ ਦਾ ਨਾਮ ਕੀ ਰਹਿਣ ਵਾਲਾ, ਐਂਡ ਉਹਨਾਂ ਚਿਰ ਪੋਸਟ ਲਾਈਕ ਕਰੋ, ਸ਼ੇਅਰ ਕਰੋ, ਸਵਾਦ ਲਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ।